ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਹੇਮਕੁੰਡ ਸਾਹਿਬ ਉੱਤਰਾਖੰਡ ਵਿੱਚ ਮੌਜੂਦ ਸਿੱਖਾਂ ਦਾ ਇੱਕ ਬਹੁਤ ਹੀ ਸੁੰਦਰ ਤੀਰਥ ਅਸਥਲ ਹੈ। ਜਿੰਨਾ ਇਹ ਤੀਰਥ ਅਸਥਲ ਦੇਖਣ ਵਿੱਚ ਸੁੰਦਰ ਦਿਖਾਈ ਦਿੰਦਾ ਹੈ, ਉਸ ਤੋਂ ਜ਼ਿਆਦਾ ਇਸ ਗੁਰੂ ਘਰ ਦੇ ਦਰਸ਼ਨ ਕਰਨੇ ਬਹੁਤ ਹੀ ਮੁਸ਼ਕਲ ਹਨ, ਕਿਉਂਕਿ ਇਹ ਗੁਰੂ ਘਰ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਇੱਕ ਪਹਾੜ ਉੱਤੇ 4,632 ਮੀਟਰ ਦੀ ਉਚਾਈ 'ਤੇ ਸਥਿਤ ਹੈ। ਗੁਰਦੁਆਰਾ ਸਾਹਿਬ ਤੱਕ ਪਹੁੰਚਣ ਵਾਲੇ ਰਸਤੇ ਬਹੁਤ ਹੀ ਮੁਸ਼ਕਲਾਂ ਨਾਲ ਭਰੇ ਹੁੰਦੇ ਹਨ। ਇਸ ਗੁਰੂ ਘਰ ਦੇ ਦਰਸ਼ਨ ਤੁਸੀਂ ਸਿਰਫ ਜੂਨ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਕਰ ਸਕਦੇ ਹੋ, ਕਿਉਂਕਿ ਬਾਕੀ ਮਹੀਨਿਆਂ ਵਿੱਚ ਇੱਥੇ ਭਾਰੀ ਮਾਤਰਾ ਵਿੱਚ ਬਰਫ਼ ਪੈਂਦੀ ਹੈ। ਇਸ ਤੋਂ ਇਲਾਵਾ ਹੋਰ 10 ਗੱਲਾਂ ਤੁਹਾਨੂੰ ਇਸ ਗੁਰੂ ਘਰ ਬਾਰੇ ਦੱਸਾਂਗੇ ਜੋ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਣਗੀਆਂ। ਤਾਂ ਜ਼ਿਆਦਾ ਸਮਾਂ ਨਾ ਖਰਾਬ ਕਰ ਦਿਓ, ਕਰਦੇ ਇਸ ਵੀਡੀਓ ਨੂੰ ਸਟਾਰਟ। ਹੇਮਕੁੰਡ ਸਾਹਿਬ ਜੀ ਦੀ ਉਚਾਈ ਜ਼ਿਆਦਾ ਹੋਣ ਕਰਕੇ ਉੱਥੇ ਆਕਸੀਜਨ ਦੀ ਕਮੀ ਹੁੰਦੀ ਹੈ, ਜਿਸ ਕਾਰਨ ਸ਼ਰਧਾਲੂਆਂ ਦਾ ਰਾਤ ਨੂੰ ਉੱਥੇ ਰੁਕਣਾ ਸਖ਼ਤ ਮਨਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਰਾਤ ਨੂੰ ਦਰਬਾਰ ਸਾਹਿਬ ਜੀ ਦੀ ਸੇਵਾ ਲਈ ਉੱਥੇ ਕਿੰਨੇ ਸੇਵਾਦਾਰ ਰੁਕਦੇ ਹਨ? ਰਾਤ ਦੇ ਸਮੇਂ ਹੇਮਕੁੰਡ ਸਾਹਿਬ ਵਿਖੇ 30 ਤੋਂ 35 ਸੇਵਾਦਾਰ ਉੱਥੇ ਰੁਕਦੇ ਹਨ, ਜਿਸ ਵਿੱਚ 3 ਗ੍ਰੰਥੀ, 10 ਲਾਂਗਰੀ, ਜੋ ਅਗਲੇ ਦਿਨ ਆਉਣ ਵਾਲੇ ਸੰਗਤਾਂ ਲਈ ਲੰਗਰ ਤਿਆਰ ਕਰਦੇ ਹਨ। ਬਾਕੀ ਹੋਰ ਸੇਵਾਦਾਰ ਵੀ ਹੁੰਦੇ ਹਨ ਜੋ ਅਗਲੇ ਦਿਨ ਦੀ ਜ਼ਰੂਰੀ ਸੇਵਾ ਨੂੰ ਪੂਰਾ ਕਰਦੇ ਹਨ। ਗ੍ਰੰਥੀ ਸਿੰਘ 6x12 ਫੁੱਟ ਦੇ ਕਮਰਿਆਂ ਵਿੱਚ ਰਹਿੰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਸਤੰਬਰ ਮਹੀਨੇ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਥੇ ਹੀ ਮੌਜੂਦ ਰਹਿੰਦਾ ਹੈ? ਮਤਲਬ ਕਿ ਯਾਤਰਾ ਬੰਦ ਹੋਣ ਤੋਂ ਬਾਅਦ ਅਤੇ ਭਾਰੀ ਬਰਫ਼ਬਾਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਥੇ ਹੀ ਦਰਬਾਰ ਸਾਹਿਬ ਵਿੱਚ ਸੰਭਾਲ ਕੇ ਰੱਖਿਆ ਜਾਂਦਾ ਹੈ, ਉਹਨਾਂ ਨੂੰ ਹੇਠਾਂ ਨਹੀਂ ਲਿਜਾਇਆ ਜਾਂਦਾ। ਜਿਸ ਅਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਉਸ ਦੇ ਹੇਠਾਂ ਹੀ ਇੱਕ ਕਮਰਾ ਬਣਿਆ ਹੋਇਆ ਹੈ। ਇਹ ਕਮਰਾ ਬਹੁਤ ਹੀ ਖਾਸ ਢੰਗ ਨਾਲ ਬਣਾਇਆ ਗਿਆ ਹੈ। ਇਸ ਵਿੱਚ ਕੁਝ ਖਾਸ ਉਪਕਰਨਾਂ ਦੀ ਮਦਦ ਨਾਲ ਇਸ ਕਮਰੇ ਦਾ ਤਾਪਮਾਨ ਬਾਹਰ ਨਾਲੋਂ ਘੱਟ ਕਰਕੇ ਰੱਖਿਆ ਜਾਂਦਾ ਹੈ। ਮਤਲਬ ਕਿ ਅਗਲੇ ਸਾਲ ਦੀ ਯਾਤਰਾ ਸ਼ੁਰੂ ਹੋਣ ਤੱਕ ਇਸ ਰੂਮ ਦਾ ਤਾਪਮਾਨ ਉਹੀ ਰਹਿੰਦਾ ਹੈ ਜੋ ਆਖਰੀ ਵਾਰ ਪਿਛਲੇ ਸਾਲ ਛੱਡਿਆ ਗਿਆ ਸੀ। ਹੇਮਕੁੰਡ ਸਾਹਿਬ ਵਾਲੇ ਅਸਥਾਨ ਉੱਤੇ ਪਹਿਲਾਂ ਕੁਝ ਵੀ ਨਹੀਂ ਹੋਇਆ ਕਰਦਾ ਸੀ। ਇੱਥੇ ਸਿਰਫ 7 ਪਹਾੜੀਆਂ 'ਤੇ 1 ਪਾਣੀ ਦੀ ਲੇਕ ਹੁੰਦੀ ਸੀ। ਇਸ ਲੇਕ ਨੂੰ ਉੱਥੇ ਦੇ ਲੋਕ ਬਹੁਤ ਹੀ ਪਵਿੱਤਰ ਮੰਨਦੇ ਸਨ। ਉਸ ਸਮੇਂ ਇਸ ਲੇਕ ਨੂੰ ਲੋਕਪਾਲ ਨਾਮ ਨਾਲ ਜਾਣਿਆ ਜਾਂਦਾ ਸੀ। ਉਸ ਸਮੇਂ ਵੀ ਲੋਕ ਉੱਪਰ ਜੱਥਿਆਂ ਦੇ ਰੂਪ ਵਿੱਚ ਜਾਂਦੇ ਸਨ, ਕਿਉਂਕਿ ਰਸਤਾ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਨਾਲ ਭਰਿਆ ਹੁੰਦਾ ਸੀ। ਸਭ ਤੋਂ ਪਹਿਲਾਂ ਹੇਮਕੁੰਡ ਸਾਹਿਬ ਜੀ ਨੂੰ ਪੰਡਿਤ ਤਾਰਾ ਸਿੰਘ ਨਰੋਤਮ ਦੁਆਰਾ 1884 ਵਿੱਚ ਲੱਭਿਆ ਗਿਆ। ਇਹਨਾਂ ਨੂੰ ਪਟਿਆਲੇ ਦੇ ਰਾਜੇ ਨੇ ਸਿੱਖ ਇਤਿਹਾਸ ਨਾਲ ਜੁੜੇ ਹੋਏ ਸਾਰੇ ਗੁਰਦੁਆਰਿਆਂ ਉੱਤੇ ਇਤਿਹਾਸ ਲਿਖਣ ਲਈ ਕਿਹਾ ਸੀ। ਪੰਡਿਤ ਤਾਰਾ ਸਿੰਘ ਨਰੋਤਮ ਜੀ ਨੇ ਉਸ ਸਮੇਂ ਆਪਣੀ ਬੁੱਕ ਸ੍ਰੀ ਗੁਰੂ ਤੀਰਥ ਸੰਗ੍ਰਹਿ ਵਿੱਚ ਹੇਮਕੁੰਡ ਸਾਹਿਬ ਜੀ ਦਾ ਜ਼ਿਕਰ ਕੀਤਾ ਸੀ। ਉਸ ਤੋਂ 40 ਸਾਲ ਬਾਅਦ ਭਾਈ ਵੀਰ ਸਿੰਘ ਜੀ ਨੇ ਵੀ ਆਪਣੀ ਬੁੱਕ ਸ੍ਰੀ ਕਲਗੀਧਰ ਚਮਤਕਾਰ ਵਿੱਚ ਸ੍ਰੀ ਹੇਮਕੁੰਡ ਸਾਹਿਬ ਜੀ ਦਾ ਜ਼ਿਕਰ ਕੀਤਾ। ਇਸ ਤੋਂ ਬਾਅਦ 1934 ਵਿੱਚ ਭਾਈ ਸੋਹਣ ਸਿੰਘ, ਜੋ ਕਿ ਉਸ ਸਮੇਂ ਆਰਮੀ ਵਿੱਚ ਗ੍ਰੰਥੀ ਰਿਟਾਇਰ ਹੋਏ ਸਨ, ਜਦੋਂ ਉਹਨਾਂ ਨੇ ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਬੁੱਕ ਪੜ੍ਹੀ ਤਾਂ ਉਹ ਇਹ ਅਸਥਾਨ ਲੱਭਣ ਲਈ ਤੁਰ ਪਏ। ਵੈਸੇ ਮੈਂ ਹੇਮਕੁੰਡ ਸਾਹਿਬ ਜੀ ਕਿਵੇਂ ਲੱਭੇਗਾ, ਇਸ ਉੱਪਰ ਮੈਂ ਇੱਕ ਚੰਗੀ ਤਰ੍ਹਾਂ ਡਿਟੇਲ ਵਿੱਚ ਵੀਡੀਓ ਬਣਾਈ ਹੋਈ ਹੈ, ਤੁਸੀਂ ਮੇਰੇ ਚੈਨਲ 'ਤੇ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ। ਸ੍ਰੀ ਹੇਮਕੁੰਡ ਸਾਹਿਬ ਜੀ ਦੀ ਪੁਰਾਣੀ ਇਮਾਰਤ ਲਈ ਭਾਈ ਵੀਰ ਸਿੰਘ ਜੀ ਨੇ ਭਾਈ ਸੋਹਣ ਸਿੰਘ ਜੀ ਨੂੰ 2100 ਰੁਪਏ ਦਿੱਤਾ ਸੀ। ਉਸ ਤੋਂ ਬਾਅਦ ਇੱਥੇ 10x10 ਫੁੱਟ ਦਾ ਇੱਕ ਕਮਰਾ ਬਣਾ ਦਿੱਤਾ ਗਿਆ, ਜੋ ਤੁਸੀਂ ਹੁਣ ਇਹ ਹੇਮਕੁੰਡ ਸਾਹਿਬ ਜੀ ਦੀ ਪੁਰਾਣੀ ਇਮਾਰਤ ਦੇਖ ਰਹੇ ਹੋ। ਇੱਥੇ ਹੀ 1937 ਵਿੱਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਇਆ ਗਿਆ ਸੀ। ਭਾਈ ਸੋਹਣ ਸਿੰਘ ਅਤੇ ਭਾਈ ਮੋਦਮ ਸਿੰਘ ਜੀ ਨੇ ਦੋਨਾਂ ਨੇ ਰਲ ਕੇ ਇੱਥੇ ਕਾਫੀ ਸਮੇਂ ਤੱਕ ਸੇਵਾ ਕੀਤੀ। ਇਸ ਤੋਂ ਬਾਅਦ 1944 ਅਤੇ 45 ਦੇ ਦੌਰਾਨ ਗੋਬਿੰਦ ਘਾਟ ਵਾਲਾ ਅਸਥਾਨ ਵੀ ਉਸਾਰਿਆ ਗਿਆ। 1952 ਦੇ ਕਰੀਬ ਪੰਜਾਬ ਤੋਂ ਇੱਕ ਪਹਿਲਾ ਜੱਥਾ ਇੱਥੇ ਪਹੁੰਚਿਆ ਸੀ। ਭਾਈ ਮੋਦਮ ਸਿੰਘ ਜੀ ਨੇ ਆਪਣਾ ਸਰੀਰ ਛੱਡਣ ਤੋਂ ਪਹਿਲਾਂ 1960 ਵਿੱਚ ਹੇਮਕੁੰਡ ਸਾਹਿਬ ਟਰੱਸਟ ਬਣਾ ਦਿੱਤਾ, ਜੋ ਅੱਜ ਤੱਕ ਇੱਥੇ ਸਾਰੇ ਪ੍ਰਬੰਧ ਦੇਖਦਾ ਹੈ। ਸ੍ਰੀ ਹੇਮਕੁੰਡ ਸਾਹਿਬ ਜੀ ਦੀ ਪੁਰਾਣੀ ਇਮਾਰਤ ਲਗਭਗ 1966 ਤੋਂ 1967 ਤੱਕ ਰਹੀ ਅਤੇ ਜੋ ਅੱਜ ਦੀ ਆਪਾਂ ਨਵੀਂ ਇਮਾਰਤ ਦੇਖਦੇ ਹਾਂ, ਇਸ ਨੂੰ ਬਣਾਉਣ ਦਾ ਪਲਾਨ 1964 ਵਿੱਚ ਬਣਾਇਆ ਗਿਆ ਸੀ ਅਤੇ 4 ਸਾਲ ਬਾਅਦ 1968 ਵਿੱਚ ਇਮਾਰਤ ਨੂੰ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ।
ਉਸ ਤੋਂ ਬਾਅਦ ਜੋਸੀ ਮੱਠ ਤੋਂ ਗੋਬਿੰਦ ਘਾਟ ਅਤੇ ਬਦਰੀਨਾਥ ਵੱਲ ਨੂੰ ਵੀ ਪੱਕੀਆਂ ਸੜਕਾਂ ਬਣਾ ਦਿੱਤੀਆਂ ਗਈਆਂ। ਹੇਮਕੁੰਡ ਸਾਹਿਬ ਜੀ ਦੀ ਇਮਾਰਤ ਬਾਕੀ ਹੋਰ ਸਾਰੇ ਗੁਰੂ ਘਰਾਂ ਨਾਲੋਂ ਬਹੁਤ ਹੀ ਅਲੱਗ ਦਿਖਾਈ ਦਿੰਦੀ ਹੈ। ਇਸ ਗੁਰੂ ਘਰ ਨੂੰ ਇਸ ਤਰ੍ਹਾਂ ਬਣਾਉਣ ਪਿੱਛੇ ਇੱਥੇ ਦਾ ਮੌਸਮ ਹੈ। ਇਹ ਇਮਾਰਤ ਹਰ ਇੱਕ ਗੰਦੇ ਤੋਂ ਗੰਦੇ ਮੌਸਮ ਨੂੰ ਝੱਲ ਸਕਦੀ ਹੈ। 6 ਮਹੀਨੇ ਇਹ ਗੁਰੂ ਘਰ ਬਰਫ਼ ਨਾਲ ਢੱਕਿਆ ਰਹਿੰਦਾ ਹੈ। ਗਰਮੀਆਂ ਵਿੱਚ ਬਰਫ਼ ਹਟਣ 'ਤੇ ਹੇਮਕੁੰਡ ਸਾਹਿਬ ਜੀ ਦੇ ਦਰਬਾਰ ਫਿਰ ਤੋਂ ਖੋਲ੍ਹ ਦਿੱਤੇ ਜਾਂਦੇ ਹਨ। ਹੇਮਕੁੰਡ ਸਾਹਿਬ ਜੀ ਦੇ ਆਲੇ ਦੁਆਲੇ 7 ਪਹਾੜੀਆਂ ਹਨ। ਇਹਨਾਂ 7 ਪਹਾੜੀਆਂ ਉੱਤੇ ਨਿਸ਼ਾਨ ਸਾਹਿਬ ਝੂਲਦੇ ਹਨ। ਪਰ ਤੁਸੀਂ ਕਦੇ ਸੋਚਿਆ ਹੈ ਕਿ ਇਹਨਾਂ ਨਿਸ਼ਾਨ ਸਾਹਿਬ ਦੇ ਝੋਲੇ ਕੌਣ ਬਦਲਦਾ ਹੈ? ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਇਹਨਾਂ ਝੋਲਿਆਂ ਦੀ ਸੇਵਾ ਹੈਲੀਕਾਪਟਰ ਰਾਹੀਂ ਕੀਤੀ ਜਾਂਦੀ ਹੈ, ਪਰ ਇਹ ਗੱਲ ਸੱਚ ਨਹੀਂ। ਇਹ ਨਿਸ਼ਾਨ ਸਾਹਿਬ ਦੇ ਝੋਲੇ ਅਗਸਤ ਮਹੀਨੇ ਦੇ ਨੇੜੇ ਜਦੋਂ ਸਾਰੀ ਬਰਫ਼ ਪਿਘਲ ਜਾਂਦੀ ਹੈ ਉਦੋਂ ਇਹ ਸੇਵਾ ਇੱਕ ਜੱਥੇ ਦੁਆਰਾ ਕੀਤੀ ਜਾਂਦੀ ਹੈ। ਮੌਜੂਦਾ ਸਮੇਂ ਵਿੱਚ ਕਾਫ਼ੀ ਸਮੇਂ ਤੋਂ ਬਾਬਾ ਸ਼ੇਰ ਸਿੰਘ ਜੀ ਜੋ ਕਿ ਮਹਿਰਾਜ ਤੋਂ ਨੇ, ਉਹਨਾਂ ਨੇ ਇਹ ਜੱਥਾ ਬਣਾਇਆ ਸੀ। ਉਹ ਆਰਮੀ ਵਿੱਚੋਂ ਰਿਟਾਇਰ ਅਤੇ ਹੁਣ ਬਜ਼ੁਰਗ ਹਨ। ਉਹ ਆਪ ਖੁਦ ਹੇਮਕੁੰਡ ਸਾਹਿਬ ਆ ਕੇ ਆਪਣੇ ਜੱਥੇ ਤੋਂ ਇਹ ਸੇਵਾ ਕਰਾਉਂਦੇ ਹਨ। ਇਹ ਸੇਵਾ ਪੈਦਲ ਪਹਾੜ ਉੱਪਰ ਚੜ੍ਹ ਕੇ ਕੀਤੀ ਜਾਂਦੀ ਹੈ। ਸ੍ਰੀ ਹੇਮਕੁੰਡ ਸਾਹਿਬ ਜੀ ਦਾ ਇਲਾਕਾ ਜੰਗਲਾਂ ਅਤੇ ਪਹਾੜਾਂ ਨਾਲ ਘਿਰਿਆ ਹੋਇਆ ਹੈ। ਹੇਮਕੁੰਡ ਸਾਹਿਬ ਜੀ ਦੇ ਹੈੱਡ ਗ੍ਰੰਥੀ ਦੇ ਮੁਤਾਬਕ ਰਾਤ ਨੂੰ ਕਈ ਵਾਰ ਜੰਗਲੀ ਜਾਨਵਰ ਦੇਖੇ ਗਏ ਹਨ। ਕਈ ਸ਼ਰਧਾਲੂਆਂ ਨੇ ਤਾਂ ਇੱਥੇ ਸ਼ੇਰ ਦੇਖਣ ਦਾ ਵੀ ਜ਼ਿਕਰ ਕੀਤਾ ਹੈ, ਪਰ ਅੱਜ ਤੱਕ ਕਿਸੇ ਵੀ ਜਾਨਵਰ ਨੇ ਕਿਸੇ ਉੱਤੇ ਹਮਲਾ ਨਹੀਂ ਕੀਤਾ। ਹਾਂਜੀ, ਇਹ ਸੀ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਜੀ ਦੀਆਂ ਕੁਝ ਖਾਸ ਗੱਲਾਂ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਉ ਤਾਂ ਜੋ ਹੇਮਕੁੰਡ ਸਾਹਿਬ ਜੀ ਬਾਰੇ ਆਪਣੇ ਸਿੱਖ ਸੰਗਤਾਂ ਨੂੰ ਪਤਾ ਲੱਗ ਸਕੇ। ਅੱਜ ਲਈ ਸਿਰਫ ਇੰਨਾ ਹੀ। ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।